ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੇ ਦੌਰਾਨ ਅਕਸਰ ਹੀ ਭਾਜਪਾ ਦੇ ਨਿਸ਼ਾਨੇ ਤੇ ਰਹਿਣ ਵਾਲੀ ਬਸਪਾ ਮੁਖੀ ਮਾਇਆਵਤੀ ਨੇ ਸ਼ਨੀਵਾਰ ਨੂੰ ਜਵਾਬੀ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਗੁਰੂ ਚੇਲਾ ਕਹਿ ਕੇ ਸੰਬੋਧਨ ਕੀਤਾ। ਉਹਨਾਂ ਨੇ ਕਿਹਾ ਹੈ ਕਿ ਇਹ ਦੋਵੇਂ ਮਿਲ ਕੇ ਯੂਪੀ ਨੂੰ ਬਰਬਾਦ ਕਰਨ ਦੇ ਸੁਪਨੇ ਦੇਖ ਰਹੇ ਹਨ। ਇੱਕ ਚੋਣ ਜਲਸੇ ਵਿੱਚ ਬੋਲਦਿਆਂ ਮਾਇਆਵਤੀ ਨੇ ਇੱਕ ਵਾਰ ਮੁੜ ਤੋਂ ਅਮਿਤ ਸ਼ਾਹ ਨੂੰ ਕਸਾਬ ਕਹਿ ਕੇ ਸੰਬੋਧਿਤ ਕੀਤਾ ਅਤੇ ਕਿਹਾ ਹੈ ਕਿ ਅਮਿਤ ਸ਼ਾਹ ਤੋਂ ਵੱਡਾ ਕੋਈ ਵੀ ਅੱਤਵਾਦੀ ਨਹੀਂ ਹੋ ਸਕਦਾ। ਖੁਦ ਗੁਜਰਾਤ ਇਸ ਗੱਲ ਦਾ ਗਵਾਹ ਹੈ। अमित शाह ने जो अपने विरोधियों को कसाब की अर्थात आतंकियों की संज्ञा दी है तो वे अति शर्मनाक वे इनकी खुद की रही इस किस्म की घटिया सोच को ही पूर्ण रूप से दर्शाता है। आज अपने देश में अमित शाह से बड़ा यहाँ कोई और भी कसाब नहीं हो सकता अर्थात आतंकी नहीं हो सकता है।